ਅਸੈਂਬਲੀ ਮੈਂਬਰ ਪੰਜਾਬ ਇੰਡਸਟਰੀ ਰਾਏਪੁਰ ਜੂਨ ਤੋਂ ਅਸੈਂਬਲੀ ਮੈਂਬਰ ਬਣਿਆ। ਅਸੀਂ ਨੌਜਵਾਨਾਂ ਵਾਸਤੇ ਤਾਂ ਇਹੀ ਉਪਰਾਲਾ ਕਰਦੇ ਹਾਂ। ਅੱਜ ਤਾਂ ਦੇਖੋ ਜੀ ਹਰ ਰੋਜ਼ ਉਹਨਾਂ ਨੂੰ ਇਹੀ ਗੱਲ ਕਹਿੰਦੇ ਹਾਂ ਵੀ ਇਹ ਜਿਹੜੇ ਮਾੜੇ ਕੰਮ ਆ ਇਹ ਛੱਡੋ। ਸਾਡੇ ਬਲਦੇਵ ਬਾਠ ਜੀ ਨੇ ਅਤੇ ਅਸੀਂ ਪਿੰਡ ਦੇ ਐੱਨ ਆਰ ਵੀ ਸਹਿਯੋਗ ਦੇ ਨਾਲ ਅਸੀਂ ਜਿੰਮ ਖੋਲ੍ਹਿਆ, ਕੁੜੀਆਂ ਵਾਸਤੇ ਵੱਖਰਾ ਔਰ ਲੜਕਿਆਂ ਵਾਸਤੇ ਵੱਖਰਾ। ਅਤੇ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਹਾਂ ਵੀ ਤੂੰ ਜਿਹੜੇ ਨਸ਼ੇ ਕਰਦੇ ਆ ਨਸ਼ੇ ਨਾ ਕਰ। ਮੈਂ ਕਹਿੰਦਾ ਹੋਇਆ ਮੈਂ ਸਾਰੇ ਨਗਰ ਨਿਵਾਸੀਆਂ ਦਾ ਐੱਨ ਆਰ ਆਈ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਮੈਂ ਇਹੀ ਬੇਨਤੀ ਕਰਦਾ ਕਿ ਮੇਰਾ ਸਹਿਯੋਗ ਦੇਣ ਅਤੇ ਮੈਂ ਆਪਣਾ ਪਿੰਡ ਦਾ ਵਿਕਾਸ ਕਰ ਸਕਾਂ।